ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਜੋੜੋ, ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ। ਹਮੇਸ਼ਾ ਦਾਸਰਾ ਬੇਨਤੀ ਕਰਦਾ ਹੈ, ਮਨ ਜੁੜ ਜਾਵੇਗਾ, ਜਿੰਨੀਆਂ ਵੀ ਸਰੀਰ ਨੂੰ ਕਰਮ ਇੰਦਰੀਆਂ ਲੱਗੀਆਂ ਹੋਈਆਂ ਹਨ, ਅੱਖਾਂ ਹਨ, ਹੱਥ ਹਨ, ਪੈਰ ਹਨ, ਸਰਵਣ ਕੰਨ ਹਨ, ਇਹ ਸਾਰੇ ਲੱਗ ਜਾਣਗੇ ਆਪਣੇ ਗੁਰੂ ਵੱਲ, ਸੇਵਾ ਕਰਨਗੇ, ਚਰਨਾਂ ਨਾਲ ਗੁਰੂ ਘਰ ਜਾ ਕੇ ਸਾਧ ਸੰਗਤ ਵਿੱਚ ਬੈਠਣਗੇ, ਗੁਰੂ ਦੇ ਦੀਦਾਰ ਕਰਨਗੇ, ਨੇਤਰਾਂ ਨਾਲ ਆਪਣੇ ਗੁਰੂ ਦੇ ਦਰਸ਼ਨ ਕਰਨਗੇ। ਦੱਖਣੀ ਓਅੰਕਾਰ ਜੀ ਦੇ ਵਿੱਚੋਂ ਸਤਿਗੁਰਾਂ ਦੀ, ਵੱਡੇ ਬਾਬਾ ਜੀ ਪਹਿਲੇ ਪਾਤਸ਼ਾਹ ਜੀ ਦੇ ਬਚਨ, ਗੁਰਬਾਣੀ ਆਪ ਦੀ ਸਰਵਣ ਕਈਆਂ ਦਿਨਾਂ ਤੋਂ ਕਰ ਰਹੇ ਹੋ, ਕਿਉਂਕਿ ਸਾਡੀ ਗੁਰੂ ਗੁਰਬਾਣੀ ਹੈ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਸੱਚ ਮੁੱਚ ਸਤਿਗੁਰੂ ਸਾਡਾ ਨਿਸਤਾਰਾ ਕਰ ਦੇਣਗੇ, ਸਾਡਾ ਭਲਾ ਹੋ ਜਾਵੇਗਾ। ਕੱਲ ਆਪਾਂ ਪੜ੍ਹ ਰਹੇ ਸੀ ਉਸ ਬੇਅੰਤ ਵਾਹਿਗੁਰੂ ਜੀ ਨੂੰ, ਤੂੰ ਬੇਅੰਤ ਕੋ ਵਿਰਲਾ ਜਾਣੇ, ਗੁਰ ਮੁੱਖ ਆ ਜਿਹੜਾ ਦਰਵਾਜ਼ਾ ਹੈ ਜਿੱਥੋਂ ਸਾਹ ਆਉਂਦੇ ਹਨ ਜਾਂਦੇ ਹਨ, ਇਸ ਮੁੱਖ ਨੂੰ ਅਕਾਲ ਪੁਰਖ ਜੀ ਨੇ ਪਵਨ ਬਖਸ਼ਿਸ਼ ਕੀਤੀ ਹੋਈ ਹੈ, ਹਵਾ ਬਖਸ਼ਿਸ਼ ਕੀਤੀ ਹੋਈ ਹੈ, ਸਵਾਸ ਬਖਸ਼ਿਸ਼ ਕੀਤੇ ਹੋਏ ਹਨ, ਇਹ ਸਵਾਸਾਂ ਵਾਲਾ ਦਰਵਾਜ਼ਾ ਹੈ, ਮੁੱਖ ਹੈ। ਗੁਰ ਮੁੱਖ ਬੇਅੰਤ ਧਿਆਈ ਹੈ, ਉਸ ਬੇਅੰਤ ਵਾਹਿਗੁਰੂ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ, ਬੋਲ ਕੇ ਧਿਆਈਏ, ਰਹਿਣ ਸਬਾਈਆਂ ਦੇ ਵਿੱਚ ਵਾਹਿਗੁਰੂ 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 ਦਾ ਉਚਾਰਨ ਕਰੀਏ, ਸਤਨਾਮ ਜੀ ਦਾ ਉਚਾਰਨ ਕਰੀਏ। ਗੱਡੀਆਂ ਮੋਟਰਾਂ ਵਿੱਚ ਤੁਰਿਆਂ ਜਾਂਦੇ ਹਾਂ ਜਾਂ ਜਿਵੇਂ ਵੀ ਤੁਰੇ ਜਾਂਦੇ ਹਾਂ, ਗਲੇ ਦੀ ਆਵਾਜ਼ ਨਾਲ, ਮਧਮਾਂ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਗਾਉਂਦੇ ਜਾਈਏ, ਜਾਂ ਪਸੰਤੀ ਰਾਹੀਂ ਪਰਾ ਰਾਹੀਂ, ਬਿਨ ਜਿਹਵਾ ਜੋ ਜਪੈ ਹੇ ਆਏ, ਹੇ ਆਏ ਹਿਰਦੇ ਨੂੰ ਕਹਿੰਦੇ ਹਨ, ਰਾਮ ਨਾਮ ਔਰ ਮੈਂ ਗਹਿਓ, ਇੱਥੇ ਜ਼ਬਾਨ ਨਹੀਂ ਵਰਤਣੀ ਪੈਂਦੀ, ਜੀਭਾਂ ਨਾਲ ਨਹੀਂ ਬੋਲਣਾ ਪੈਂਦਾ, ਸਵਾਸਾਂ ਨੂੰ ਹੀ ਜੀਭ ਲੱਗ ਜਾਂਦੀ ਹੈ, ਇਹ ਵਚਨ ਆਪਾਂ ਕੱਲ ਕਰ ਰਹੇ ਸੀ। ਸੁੱਤਿਆਂ ਪਿਆਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ, ਉੱਠਤ ਬੈਠਤ ਸੋਵਤ ਧਿਆਈਏ, ਜੇ ਤੁਰੇ ਜਾਂਦੇ ਹਾਂ, ਮਾਰਗ ਚਲਤ ਹਰੇ ਹਰ ਗਾਈਐ, ਤੁਰਿਆਂ ਜਾਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਬੈਖਰੀ ਨਾਲ ਕਹਿ ਸਕਦੇ ਹਾਂ। ਚਾਰ ਬਾਣੀਆਂ ਹਨ, ਪੜਿਆ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਚਾਰੇ ਬਾਣੀ, ਚਾਰੇ ਖਾਣੀ। ਅੱਗੋਂ ਅੱਜ ਅੜਾੜਾ ਅੱਖਰ ਆ ਗਿਆ ਹੈ, ਧੰਨ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੱਖਣੀ ਓਅੰਕਾਰ ਦੇ ਵਿੱਚ ਅੜਾੜਾ ਕੀ ਕਹਿੰਦਾ ਹੈ, ਕਿਉਂਕਿ ਅੱਖਰ ਵੀ ਉਸ ਨੂੰ ਜਪਦੇ ਹਨ ਵਾਹਿਗੁਰੂ ਜੀ ਨੇ। ਜਿੰਨੀ ਵੀ ਸਿਫਤ ਸਲਾਹ ਹੈ ਅੱਖਰਾਂ ਨਾਲ ਗੁਰਸਿੱਖ ਕਰਦੇ ਹਨ। ਅੱਖਰੀ ਨਾਮ ਅੱਖਰੀ ਸਲਾਹ, ਪੜ੍ਹਿਆ ਕਰੋ ਸਾਰੀ ਪੌੜੀ ਜਪ ਜੀ ਸਾਹਿਬ ਜੀ ਦੀ। ਅੱਖਰੀ ਗਿਆਨ ਗੀਤ ਗੁਣਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਇਹ ਪਵਿੱਤਰ ਗੁਰਬਾਣੀ ਵੀ ਤੁਰਕੀ ਬਾਣੀ ਵੀ ਅੱਖਰਾਂ ਨਾਲ ਹੀ ਪੜ੍ਹਦੇ ਹਾਂ ਤਾਂ ਜਾ ਕੇ ਸ਼ਬਦ ਦੀ ਸਮਝ ਪੈਂਦੀ ਹੈ। ਅੱਜ ਅੜਾੜੇ ਦੁਆਰਾ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਜੀ ਵੱਡੇ ਬਾਬਾ ਜੀ ਹੁਕਮ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਬੜੇ ਸੁੰਦਰ ਹੋ, ਲੱਭਣ ਵਾਲੇ ਲੱਭਦੇ ਹਨ ਮੇਰੋ ਸੁੰਦਰ, ਕਹੋ ਮਿਲੇ ਕਿਤ ਗਲੀ। ਜਿਨ੍ਹਾਂ ਨੂੰ ਮਿਲ ਗਿਆ ਹੈ ਉਹਨਾਂ ਨੇ ਆਖਿਆ ਹੈ, ਗੁਰਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਗੁਰਸੁੰਦਰ ਮੋਹਨ ਪਾਏ ਕਰੇ। ਅੜਾੜੈ ਰੂੜਾ ਹਰ ਜੀਉ ਸੋਈ, ਪਹਿਲੇ ਪਾਤਸ਼ਾਹ ਬਾਬਾ ਜੀ ਸਤਿਗੁਰੂ ਜੀ ਧੰਨ 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 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਅੜਾੜੇ ਦੁਆਰਾ ਰੂੜਾ, ਰੂੜਾ ਸੁੰਦਰ ਨੂੰ ਕਹਿੰਦੇ ਹਨ, ਸੋਹਣੇ ਨੂੰ ਕਹਿੰਦੇ ਹਨ, ਜਿਹੜੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਲੇ ਦੁਆਲੇ ਆ ਕੇ ਬਹਿੰਦੀ ਹੈ ਉਹ ਵੀ ਬੜੀ ਸੁੰਦਰ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਆ ਕੇ ਬਹਿੰਦੇ ਹਨ ਪਿਆਰਿਓ, ਉਹ ਵੀ ਬੜੇ ਸੁੰਦਰ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਜੀ ਵਾਹਿਗੁਰੂ ਜੀ ਵਾਸਤੇ ਆਖ ਰਹੇ ਹਨ ਅੜਾੜੇ ਦੁਆਰਾ ਕਿ ਵਾਹਿਗੁਰੂ ਜੀ ਤੁਸੀਂ ਬੜੇ ਸੁੰਦਰ ਹੋ। ਅੜਾੜੈ ਰੂੜਾ, ਰੂੜਾ ਸੁੰਦਰ, ਹਰ ਜੀਉ ਸੋਈ, ਸਾਰੀਆਂ ਸੰਗਤਾਂ ਨੂੰ ਦੱਸ ਰਹੇ ਹਨ, ਤਿਸ ਬਿਨ ਰਾਜਾ ਅਵਰ ਨ ਕੋਈ, ਨਿਹਚਲ ਰਾਜ ਸਦਾ ਹਰ ਕੇਰਾ, ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ, ਰਾਜਾ ਰਾਮ ਨੌ ਨਿਧ ਮੇਰੇ, ਸੰਪੈ ਹੇਤ ਕਲਤ ਧਨ ਤੇਰੇ। ਵਾਹਿਗੁਰੂ ਜੀ ਬਿਨਾਂ ਕੋਈ ਵੀ ਰਾਜਾ ਨਹੀਂ। ਇਹ ਜਿੰਨੇ ਵੀ ਦੁਨੀਆਂ ਦੇ ਰਾਜੇ ਹਨ ਸਭ ਸਵਪਨ ਮਾਤਰ ਹਨ, ਜਿਵੇਂ ਸੁਪਨਾ ਮੁੱਕ ਜਾਵੇ ਰਾਜ ਭਾਗ ਵੀ ਮੁੱਕ ਜਾਂਦੇ ਹਨ, ਪਰ ਵਾਹਿਗੁਰੂ ਜੀ ਦਾ ਰਾਜ ਸਦਾ ਅਟਲ ਹੈ, ਨਿਹਚਲ ਹੈ, ਨਿਹਚਲ ਰਾਜ ਸਦਾ ਹਰ ਕੇਰਾ। ਤਿਸ ਬਿਨ ਰਾਜਾ ਅਵਰ ਨ ਕੋਈ, ਹੋਰ ਕੋਈ ਰਾਜਾ ਨਹੀਂ, ਉਹੀ ਉਹ ਵਾਹਿਗੁਰੂ ਜੀ ਸਾਰਿਆਂ ਰਾਜਿਆਂ ਦੇ ਰਾਜੇ ਹਨ, ਸਾਰਿਆਂ ਰਾਜਿਆਂ ਦੇ ਰਾਜੇ ਹਨ। ਹੁਣ ਸਾਧ ਸੰਗਤ ਨੂੰ ਹੁਕਮ ਕਰਦੇ ਹਨ ਗੁਰੂ ਬਾਬਾ ਜੀ ਵੱਡੇ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਖਣੀ ਓਅੰਕਾਰ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ। ਆ ਜਿੰਨੀ ਵੀ ਗੁਰਬਾਣੀ ਹੈ ਇਹ ਬਾਣੀ ਮੰਤਰ ਮਹਾਂਪੁਰਖਾਂ ਦਾ ਇਹ ਵੱਡਾ ਮੰਤਰ ਹੈ ਗੁਰਬਾਣੀ। ਰਾੜੈ ਗਾਰੜ ਤੁਮ ਸੁਣੋ, ਜਿਹੜੇ ਜਿਹੜੇ ਗੁਰਬਾਣੀ ਸੁਣਦੇ ਹਨ ਉਹਨਾਂ ਨੂੰ ਦੱਸ ਰਹੇ ਹਨ ਸਤਿਗੁਰੂ ਜੀ ਇਹ ਗੁਰਬਾਣੀ ਮੰਤਰ ਨੂੰ ਸੁਣਨਾ ਕਰੋ,
ਇਹਨਾਂ ਕੰਨਾਂ ਦੇ ਨਾਲ ਇਸ ਜੀਭਾ ਦੇ ਨਾਲ ਇਸ ਮੰਤਰ ਨੂੰ ਜਪਣਾ ਕਰੋ। ਨਾਲ ਵਾਹਿਗੁਰੂ ਵੀ ਆਖੋ, ਵਾਹਿਗੁਰੂ ਗੁਰਮੰਤਰ ਹੈ। ਅੜਾੜੇ ਗਾਰੜ, ਫਿਰ ਅੜਾੜੇ ਦੁਆਰਾ ਉਪਦੇਸ਼ ਹੈ। ਗਾਰੜ ਮੰਤਰ ਨੂੰ ਕਹਿੰਦੇ ਹਨ, ਸਾਨੂੰ ਸਾਰਿਆਂ ਨੂੰ ਹੁਕਮ ਕਰ ਰਹੇ ਹਨ। ਤੁਮ ਸੁਣੋ ਇਸ ਗੁਰਬਾਣੀ ਮੰਤਰ ਨੂੰ ਸੁਣਨਾ ਕਰੋ। ਜਿਸ ਵਾਹਿਗੁਰੂ ਜੀ ਨੂੰ ਤੁਸੀਂ ਲੱਭਦੇ ਹੋ, ਤੁਹਾਡੇ ਮਨ ਵਿੱਚ ਵਾਹਿਗੁਰੂ ਜੀ ਆ ਵਸਣਗੇ, ਵਸ ਜਾਣਗੇ। ਅੜਾੜੇ ਗਾਰੜ ਤੁਮ ਸੁਣੋ ਮਨ ਮਾਹੇ, ਪ੍ਰਗਟ ਹੋ ਜਾਣਗੇ ਵਾਹਿਗੁਰੂ ਜੀ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਣਗੇ। ਪਰਮ ਦਾ ਪਰਦਾ ਦੂਰ ਹੋ ਜਾਵੇਗਾ, ਪਰ ਗੁਰੂ ਦੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ, ਕਲਗੀਧਰ ਸਾਹਿਬ ਦਸਮੇਸ਼ ਪਿਤਾ, ਬਾਜਾਂ ਵਾਲੇ ਆਨੰਦਪੁਰ ਦੇ ਵਾਸੀ ਦਾਤਾਰ ਪਾਤਸ਼ਾਹ ਜੀ ਸਭਨੀ ਥਾਈ ਰਵ ਰਹੇ ਹਨ। ਗੁਰੂ ਦੇ ਚਰਨਾਂ ਦਾ ਆਸਰਾ ਤੱਕਣਾ ਬੜਾ ਜ਼ਰੂਰੀ ਹੈ। ਗੁਰੂ ਬਿਨਾਂ ਮੁਕਤ ਨਹੀਂ ਮਿਲਦੀ, ਸੇਵਾ ਵੀ ਨਹੀਂ ਮਿਲਦੀ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੋਂ ਆਪ ਕਰਾਹੇ ਜੇ ਦਿੱਤੀ ਕਿਰਪਾ ਹੋਵੇ, ਉਹਨਾਂ ਨੂੰ ਗੁਰੂ ਮਿਲ ਜਾਂਦੇ ਹਨ। ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨ ਹੈ, ਉਹਦਾ ਜਨਮ ਪ੍ਰਸ਼ਟ ਹੈ ਜਿਸ ਨੂੰ ਗੁਰੂ ਨਹੀਂ ਮਿਲਿਆ, ਗੁਰਮੰਤਰ ਨਹੀਂ ਮਿਲਿਆ, ਵਾਹਿਗੁਰੂ ਨਹੀਂ ਜਪਿਆ, ਸਤਨਾਮ ਨਹੀਂ ਜਪਿਆ, ਅਕਾਲ ਪੁਰਖ ਨਹੀਂ ਜਪਿਆ, ਗੁਰਬਾਣੀ ਮੰਤਰ ਨੂੰ ਨਹੀਂ ਜਪਿਆ। ਇਹ ਬਾਣੀ ਮੰਤਰ ਮਹਾਂਪੁਰਖ ਦੁਨੀਆਂ ਦੇ ਲੋਕਾਂ ਨੂੰ ਸਭਨਾਂ ਨੂੰ ਸਤਿਗੁਰੂ ਜੀ ਹੁਕਮ ਕਰਦੇ ਹਨ, ਬਾਬਾ ਜੀ ਵੱਡੇ ਬਾਬਾ ਜੀ ਜਾਹਰ ਪੀਰ ਜਗਤ ਗੁਰ ਬਾਬਾ ਜੀ ਗੁਰ ਪ੍ਰਸਾਦੀ ਹਰ ਪਾਈਐ, ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਜੀ ਨੂੰ ਪਾ ਲਈਦਾ ਹੈ। ਮਤ ਕੋ ਪਰਮ ਭੁਲਾਹੇ, ਮਤਾਂ ਕੋਈ ਪਰਮ ਭੁਲੇਖੇ ਵਿੱਚ ਪਿਆ ਰਵੇ ਕਿ ਗੁਰੂ ਤੋਂ ਬਿਨਾਂ ਕੋਈ ਰਾਹ ਲੱਭ ਜਾਵੇਗਾ। ਗੁਰ ਬਿਨ ਅਵਰ ਨਾਹੀ ਮੈਂ ਥਾਉ। ਹੁਣ ਸਤਿਗੁਰੂ ਜੀ ਸਮਝਾਉਂਦੇ ਹਨ, ਜਿਵੇਂ ਭੋਗ ਪੈਂਦਾ ਹੈ, ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਉਸ ਸ਼ਾਹ ਦੇ ਦਰਸ਼ਨ ਕਰਨੇ ਹਨ ਤੇ ਮਨ ਵਿੱਚ ਕਹਿਣਾ ਹੈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ। ਹੁਕਮ ਹਨ ਸਾਰਿਆਂ ਨੂੰ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋ ਸਾਹੋ ਸੱਚਾ ਸੋ ਸਾਹੋ ਸੱਚਾ ਜਿਸ ਹਰ ਧਨ ਰਾਸ, ਸੋ ਸਾਹੋ ਸੱਚਾ ਉਸ ਵਾਹਿਗੁਰੂ ਜੀ ਕੋਲ ਹੀ ਨਾਮ ਧਨ ਹੈ, ਨਾਮ ਧਨ ਦੀ ਰਾਸ਼ੀ ਹੈ। ਜਿਵੇਂ ਦੁਕਾਨਾਂ ਵਿੱਚ ਰਾਸ਼ੀ ਹੁੰਦੀ ਹੈ, ਰਾਸ ਹੁੰਦੀ ਹੈ, ਜਿਹੜੇ ਗੁਰਸਿੱਖ ਰਹਿਰਾਸ ਕਰਦੇ ਹਨ ਉਹ ਆਪਣੀ ਰਾਸ ਨੂੰ ਬਚਾ ਕੇ ਰੱਖਦੇ ਹਨ। ਰਹਿਰਾਸ
ਨਿਰੰਕਾਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਕਰਤਾ ਪੁਰਖ ਜੀ ਇੱਕੋ ਓਅੰਕਾਰ ਜੀ ਬੇਅੰਤ ਨਾਮ ਹਨ। ਵਾਹਿਗੁਰੂ ਜੀ ਦੇ ਨਾਮ ਧੰਨ ਦੀ ਬਖਸ਼ਿਸ਼ ਉਹਨਾਂ ਕੋਲੋਂ ਹੁੰਦੀ ਹੈ ਗੁਰੂ ਦੁਆਰਾ। ਗੁਰਮਹਿ ਆਪ ਰੱਖਿਆ ਕਰਤਾਰੇ, ਗੁਰੂ ਦੇ ਵਿੱਚ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ, ਬਿਠਾਇਆ ਹੋਇਆ ਹੈ। ਸੋ ਸਾਹ ਸਾਚਾ ਜਿਸ ਹਰ ਧਨ ਰਾਸ, ਦੁਨੀਆਂ ਦੇ ਵਿੱਚ ਵੀ ਉਹੀ ਉਹ ਸ਼ਾਹੂਕਾਰ ਹੈ। ਨਾਮ ਧਨ ਜਿਸ ਜਨ ਕੇ ਪਾਲੇ, ਸੋਈ ਪੂਰਾ ਸਾਹ, ਉਹ ਪੂਰਾ ਸ਼ਾਹ ਹੈ। ਦੁਨੀਆਂ ਦੇ ਚਾਰ ਛਿੱਲੜ ਜੇ ਹੋਣਗੇ ਵੀ ਤਾਂ ਉਹ ਸ਼ਾਹ ਨਹੀਂ, ਸੱਚੇ ਸ਼ਾਹ। ਜਿਵੇਂ ਕਈ ਵਾਰੀ ਆਪ ਜੀ ਨੇ ਸਰਵਣ ਕੀਤਾ ਹੈ, ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਘਾਹ ਖੋਤਣ ਵਾਲੇ ਨੇ ਟਕਾ ਮੱਥਾ ਟੇਕਿਆ, ਪਹਿਲਾਂ ਜਹਾਂਗੀਰ ਦੇ ਅੱਗੇ ਜਾ ਟੇਕਿਆ ਤੇ ਕਹਿਣ ਲੱਗਾ, ਮੈਂ ਸੱਚਾ ਪਾਤਸ਼ਾਹ ਨਹੀਂ, ਸੱਚੇ ਪਾਤਸ਼ਾਹ ਦਾ ਡੇਰਾ ਉਧਰ ਹੈ ਛੇਵੇਂ ਪਾਤਸ਼ਾਹ ਜੀ ਦਾ। ਉਸਨੇ ਉਹ ਟਕਾ ਚੁੱਕ ਲਿਆ, ਮੈਂ ਦੂਰ ਨਾ ਜਾਵਾਂ, ਗੁਰਬਾਣੀ ਦੇ ਵਿੱਚ ਰਵਾਂ। ਧੰਨ ਗੁਰੂ ਹਰਗੋਬਿੰਦ ਸਾਹਿਬ, ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਹਨ। ਸੋ ਸਾਹੋ ਸਾਚਾ, ਸੋ ਸਾਹੋ ਸਾਚਾ ਜਿਸ ਹਰ ਧਨ ਰਾਸ, ਜਿਹਦੇ ਕੋਲ ਨਾਮ ਦਾ ਧਨ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਸ ਵੇਲੇ ਸ਼ਬਦ ਸਰੂਪ ਜਾਤੀ ਸਭ ਵੱਥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਜਿਹੜਾ ਨਾਮ ਜਪਦਾ ਹੈ ਗੁਰ ਮੁਖ ਦੁਆਰਾ, ਉਹ ਪੂਰਾ ਹੈ। ਉਸ ਨੂੰ ਵਾਹਿਗੁਰੂ ਜੀ ਵੱਲੋਂ, ਬਾਬਾ ਜੀ ਵੱਲੋਂ, ਕਲਗੀਆਂ ਵਾਲੇ ਸਤਿਗੁਰੂ ਜੀ ਵੱਲੋਂ ਸ਼ਾਬਾਸ਼ੀ ਮਿਲਦੀ ਹੈ। ਤੈਨੂੰ ਸੋਝੀ ਆ ਗਈ ਹੈ ਨਾਮ ਜਪਣ ਦੀ, ਹੁਣ ਤੂੰ ਗੁਰਮੁਖ ਹੋ ਗਿਆ ਹੈ। ਕਿਉਂਕਿ ਗੁਰ ਮੁਖ ਹੈ, ਚਾਰ ਬਾਣੀਆਂ ਦੀ ਤੈਨੂੰ ਸਮਝ ਪੈ ਗਈ ਹੈ। ਚਾਰੇ ਬਾਣੀ, ਚਾਰੇ ਖਾਣੀ, ਚੌਪੜ ਕੀਤੇ ਚਾਰ ਜੁਗਾ ਤੈਨੂੰ ਸਮਝ ਪੈ ਗਈ ਹੈ। ਗੁਰੂ ਸਾਬਾਸ ਦਿੰਦੇ ਹਨ, ਸ਼ਾਬਾਸ਼ੀ ਦਿੰਦੇ ਹਨ, ਜੀਵਨ ਸਫਲਾ ਹੋ ਜਾਂਦਾ ਹੈ। ਸੋ ਸਾਹੋ ਸਾਚਾ ਜਿਸ ਹਰ ਧਨ ਰਾਸ, ਗੁਰ ਪਹਿਲੇ ਲੜੀ ਵਾਲੀਆਂ ਬੀੜਾਂ ਹੁੰਦੀਆਂ ਸਨ, ਪਾਠ ਕਰ ਕਰਕੇ ਸੰਥਿਆ ਲੈ ਲੈ ਕੇ ਸ਼ਬਦਾਂ ਨੂੰ ਆਪ ਹੀ ਵੱਖ ਕਰਨਾ ਪੈਂਦਾ ਸੀ। ਹੁਣ ਪਦ ਸ਼ੇਦ ਬੀੜਾਂ ਹਨ, ਹੁਣ ਜਿਵੇਂ ਲਿਖਿਆ ਹੈ, ਬੱਚੇ ਸਿਆਣੇ ਬਜ਼ੁਰਗ ਵੱਡੇ ਛੋਟੇ ਸਾਰੇ ਹੁਣ ਉਸੇ ਤਰ੍ਹਾਂ ਪੜ੍ਹਦੇ ਹਨ। ਬਾਬਾ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਨੇ ਜਿਹੜੇ ਸਰੂਪ ਲਿਖੇ ਹਨ ਸਾਰੇ ਲੜੀਵਾਰ ਹਨ, ਜਿਹੜੇ ਤਖਤਾਂ ਤੇ ਹਨ, ਤਖਤਾਂ ਤੇ ਜਾ ਕੇ ਦਰਸ਼ਨ ਕਰੀਦੇ ਹਨ। ਗੁਰਮੁਖ ਪੂਰਾ ਤਿਸ ਸਾਬਾ
ਪਾਸ ਸਤਿਗੁਰਾਂ ਵੱਲੋਂ ਸ਼ਾਬਾਸ਼ੀ ਮਿਲਦੀ ਹੈ, ਤੈਨੂੰ ਸੋਝੀ ਹੋ ਗਈ ਹੈ ਨਾਮ ਜਪਣ ਦੀ, ਪਰਮੇਸ਼ਰ ਨਾਲ, ਵਾਹਿਗੁਰੂ ਜੀ ਨਾਲ, ਕਰਤਾ ਪੁਰਖ ਜੀ ਨਾਲ ਜੁੜਨ ਦਾ ਢੰਗ ਆ ਗਿਆ ਹੈ, ਬਲ ਆ ਗਿਆ ਹੈ। ਇਸ ਰਾਹ ਦੁਆਰਾ ਗੁਰ ਮੁਖ ਟੂੰਡ ਟੂੰਡੇਂਦਿਆਂ ਹਰ ਸੱਜਣ ਲੱਗਾ ਰਾਮ ਰਾਜੇ। ਇਹ ਗਿਆਨ ਕਿੱਥੋਂ ਮਿਲਿਆ? ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੂੜੀ ਬਾਣੀ ਵਿੱਚੋਂ, ਸੁੰਦਰ ਬਾਣੀ ਵਿੱਚੋਂ ਮਿਲਿਆ। ਰੂੜੀ ਬਾਣੀ ਵਿੱਚੋਂ, ਸੁੰਦਰ ਬਾਣੀ ਵਿੱਚੋਂ ਆਪਣੇ ਵਾਹਿਗੁਰੂ ਜੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਹੀ ਲੱਭ ਲਿਆ, ਪਾ ਲਿਆ। ਉਹ ਜਿਹੜੀ ਮੁਦਾਵਣੀ ਸੀ ਗੁਰਸਿੱਖਾਂ ਲੱਭੀ ਭਾਲ, ਗੁਰਸਿੱਖਾਂ ਨੇ ਪਾਠ ਕਰ ਕਰਕੇ, ਗੁਰਬਾਣੀ ਪੜ੍ਹ ਕੇ, ਪੜ੍ਹ ਪੜ੍ਹ ਕੇ, ਪੜ੍ਹ ਪੜ੍ਹ ਕੇ ਵਾਹਿਗੁਰੂ ਜੀ ਨੂੰ ਪਾ ਲਿਆ, ਵਿੱਚੋਂ ਹੀ ਪਾ ਲਿਆ, ਆਪਣੇ ਅੰਦਰੋਂ ਹੀ ਸੱਚ ਨੂੰ ਲੱਭ ਲਿਆ, ਅੰਦਰੋਂ ਹੀ ਸੱਚ ਪਾ ਲਿਆ। ਰੋੜੀ ਬਾਣੀ, ਸੁੰਦਰ ਬਾਣੀ, ਸੋਹਣੀ ਬਾਣੀ, ਪਿਆਰੀ ਬਾਣੀ, ਅੰਮ੍ਰਿਤ ਰੂਪ ਬਾਣੀ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ। ਰੋੜੀ ਬਾਣੀ ਹਰ ਪਾਇਆ, ਗੁਰ ਸਭ ਦੀ ਵਿਚਾਰ, ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਕੇ, ਸਿੱਖ ਕੇ ਸਿੱਖੋ ਸ਼ਬਦ ਪਿਆਰਿਓ, ਆਪਾ ਚਲਾ ਗਿਆ। ਜਿਹੜੇ ਜਿਹੜੇ ਵੀ ਦਿਲੋਂ ਗੁਰਬਾਣੀ ਨਾਲ ਜੁੜਦੇ ਹਨ ਉਹਨਾਂ ਦੇ ਅੰਦਰੋਂ ਆਪਾ ਭਾਵ ਚਲਾ ਜਾਂਦਾ ਹੈ। ਉਹ ਕਹਿੰਦੇ ਹਨ ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਤੇਰਾ 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 ਕਰਕੇ ਸਭ ਕੁਝ ਗਰੀਬਾਂ ਨੂੰ ਲੁਟਾ ਦਿੱਤਾ, ਫਿਰ ਵੀ ਵਾਧਾ ਹੀ ਨਿਕਲਿਆ। ਗੁਰਬਾਣੀ ਜਪਣ ਵਾਲਿਆਂ ਦਾ, ਪੜ੍ਹਨ ਵਾਲਿਆਂ ਦਾ, ਸੁਣਨ ਵਾਲਿਆਂ ਦਾ ਆਪਾ ਭਾਵ ਚਲਾ ਜਾਂਦਾ ਹੈ, ਚਲਾ ਜਾਂਦਾ ਹੈ। ਆਪ ਗਿਆ ਅਹੰਕਾਰ ਦਾ ਦੁੱਖ ਕੱਟਿਆ ਗਿਆ, ਇਹ ਵੀ ਬੜਾ ਵੱਡਾ ਦੁੱਖ ਹੈ ਅਹੰਕਾਰ ਦਾ। ਮੈਂ ਕਰਦੇ ਹਾਂ, ਦੁੱਖਾਂ ਵਿੱਚ ਹੀ ਪਿਆ ਰਹਿੰਦਾ ਹੈ। ਹਉਮੈ ਦਾ ਰੋਗ ਬੜਾ ਵੱਡਾ ਹੈ, ਹਉਮੈ ਵੱਡਾ ਰੋਗ ਹੈ। ਜੇ ਗੁਰਬਾਣੀ ਸੁਣ ਲਵੇ, ਦਾਰੂ ਪੀਏ ਸਮਾਹੇ, ਦਾਰੂ ਇਹਦੇ ਵਿੱਚ ਹੀ ਹੈ। ਆਪ ਗਿਆ ਹਰ ਵਾਰ ਪਾਇਆ ਨਾਰ। ਆ ਜਿਹੜੀ ਦੇਹ ਹੈ, ਆ ਜਿਹੜੀ ਵਿੱਚ ਰੂਹ ਹੈ, ਇਹਨੂੰ ਵੀ ਨਾਰ ਕਹਿੰਦੇ ਹਨ। ਇਹਨੂੰ ਅਕਾਲ ਮੂਰਤ ਵਰ ਮਿਲ ਜਾਂਦੇ ਹਨ ਵਾਹਿਗੁਰੂ ਜੀ। ਜਿਵੇਂ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਦੇ, ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਅੱਜ ਦੀ ਕਥਾ ਇੱਥੋਂ ਤੱਕ ਹੀ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ। ਦੱਖਣੀ ਓਅੰਕਾਰ ਜੀ ਦੀ ਪਵਿੱਤਰ ਗੁਰਬਾਣੀ, ਪਹਿਲੇ ਪਾਤਸ਼ਾਹ ਧੰਨ 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 ਬਾਬਾ ਜੀ, ਵੱਡੇ ਬਾਬਾ ਜੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਉਹਨਾਂ ਜੀ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਹੋਈ ਹੈ। ਦੁਨੀਆਂ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ, ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਧੰਨ 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 ਸਾਹਿਬ ਸਤਿਗੁਰੂ ਜੀ।
ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀ ਦਾਸ ਦਿਲਬਾਗ ਸਿੰਘ ਪਾਸੋਂ ਪਵਿੱਤਰ ਗੁਰਬਾਣੀ ਦੱਖਣੀ ਓਅੰਕਾਰ ਦੇ ਵਿੱਚੋਂ ਗੁਰਬਾਣੀ ਪੜ੍ਹਦਿਆਂ ਕਥਾ ਕਰਦਿਆਂ ਕਈ ਭੁੱਲਾਂ ਹੋ ਗਈਆਂ ਹਨ। ਸਤਿਗੁਰ ਜੀ ਮੈਂ ਭੁੱਲ ਜਾਂਦਾ ਹਾਂ, ਮੈਨੂੰ ਖਿਮਾ ਕਰ ਦਿਓ। ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ, ਸਤਿਗੁਰ ਜੀ ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ, ਮੈਂ ਭੁੱਲ ਜਾਂਦਾ ਹਾਂ। ਜਿਹਨਾਂ ਸੰਗਤਾਂ ਨੇ ਸੰਗਤ ਨੂੰ ਮਹਾਰਾਜ ਜੀ ਨੇ ਗੁਰੂ ਦਾ ਦਰਜਾ ਦਿੱਤਾ ਹੈ, ਸੰਗਤ ਗੁਰੂ ਰੂਪ ਹੈ, ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ। ਤੁਕ ਲਾ ਕੰਨਾ ਅੱਖਰ ਮੈਥੋਂ ਅੱਗੇ ਪਿੱਛੇ ਪੜਿਆ ਗਿਆ ਹੈ, ਮੈਂ ਭੁੱਲਣ ਹਾਰ ਹਾਂ, ਭੁੱਲ ਜਾਂਦਾ ਹਾਂ। ਜੇ ਸਾਧ ਸੰਗਤ ਖਿਮਾ ਕਰ ਦੇਵੇ, ਮੈਂ ਆਸ ਰੱਖਦਾ ਹਾਂ ਦਰਗਾਹ ਵਿੱਚ ਵੀ ਵਾਹਿਗੁਰੂ ਜੀ ਮੈਨੂੰ ਖਿਮਾ ਕਰ ਦੇਣਗੇ। ਇਹ ਜਿੰਨੀ ਵੀ ਸੇਵਾ ਗੁਰਬਾਣੀ ਦੀ ਹੋ ਰਹੀ ਹੈ, ਭਾਗਾਂ ਵਾਲੀ ਹੈ, ਯੂਟਿਊਬ ਉਹ ਕਰ ਰਹੇ ਹਨ ਜਿਹੜੇ ਮਨ ਦੁਨੀਆ ਵਿੱਚ ਆ ਕੇ ਗਵਾਚ ਗਏ ਹਨ। ਜਿੰਨੇ ਵੀ ਸੇਵਾਦਾਰ ਵਰਕਰ ਹਨ ਯੂਟਿਊਬ ਤੇ, ਜਿਨ੍ਹਾਂ ਦੀ ਵੀ ਯੂਟਿਊਬ ਹੈ, ਆ ਜਿਹੜਾ ਪਾਸਾ ਹੈ ਸੰਤਾਂ ਵਾਲਾ, ਮਹਾਂਪੁਰਖਾਂ ਵਾਲਾ, ਧੰਨ ਗੁਰੂ ਨਾਨਕ ਸਾਹਿਬ ਜੀ ਵਾਲਾ, ਕਲਗੀਧਰ ਸਾਹਿਬ ਦਸਮੇਸ਼ ਪਿਤਾ ਜੀ ਵਾਲਾ, ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਲਾ, ਇਸ ਦੀ ਸਾਰੀ ਸੇਵਾ ਦਾ ਫਲ ਸਤਿਗੁਰੂ ਜੀ ਕਿਰਪਾ ਕਰਨਾ, ਯੂਟਿਊਬ ਵਾਲਿਆਂ ਨੂੰ ਬਖਸ਼ਿਸ਼ ਕਰ ਦੇਣ ਦੀ ਕਿਰਪਾਲਤਾ ਕਰਨੀ। ਤੁਸੀਂ ਬੜੇ ਕਿਰਪਾਲੂ ਹੋ, ਕਿਰਪਾ ਨਿਧ ਹੋ, ਸਭਨਾ ਤੇ ਕਿਰਪਾ ਕਰਦੇ ਹੋ। ਯੂਟਿਊਬ ਤੇ ਵੀ ਕਿਰਪਾ ਕਰਨੀ, ਬੜਾ ਵੱਡਾ ਪਸਾਰਾ ਹੈ ਯੂਟਿਊਬ ਦਾ, ਪਰ ਆਹ ਜਿਹੜੀ ਸਾਈਡ ਹੈ, ਸਭ ਕੁਝ ਦੁਨੀਆ ਤੋਂ ਮੁੱਕ ਜਾਵੇਗਾ ਪਰ ਗੁਰੂ ਦਾ ਸ਼ਬਦ ਕਦੀ ਮੁੱਕੇਗਾ ਨਹੀਂ। ਗੁਰ ਕਾ ਸ਼ਬਦ ਸਦਾ ਅਟੱਲਾ। ਕਦੀ ਤੇ ਕੋਈ ਭੁੱਲਾ ਭਟਕਿਆ ਮਨ ਕੰਮਾਂ ਧੰਦਿਆਂ ਤੋਂ ਥੱਕਾ ਹੋਇਆ ਜਾ ਕੇ ਯੂਟਿਊਬ ਨੂੰ ਖੋਲੇਗਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਕੋਈ ਨਾ ਕੋਈ ਸ਼ਬਦ ਇਹਨਾਂ ਸਰਵਣਾਂ ਵਿੱਚ, ਕੰਨਾਂ ਵਿੱਚ ਪੈ ਜਾਵੇਗਾ, ਉਹਨਾਂ ਮਨਾਂ ਦਾ ਭਲਾ ਹੋ ਜਾਵੇਗਾ। ਤਨ ਤਾਂ ਨਾਲ ਜਾਣੇ ਨੀ, ਤਨ ਤਾਂ ਇੱਥੇ ਹੀ ਜਲ ਬਲ ਜਾਣੇ ਹਨ। ਆ ਜਿਹੜੀਆਂ ਸਰੀਰ ਵਿੱਚ ਹੱਡੀਆਂ ਹਨ, ਇਹ ਵੀ ਲੱਕੜਾਂ ਦੇ ਨਾਲ ਮਿਲ ਕੇ ਲੱਕੜਾਂ ਵਾਂਗੂ ਜਲ ਜਾਣੀਆਂ ਹਨ। ਇੱਕ ਮਨ ਨੂੰ ਜਾਣਾ ਪਵੇਗਾ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਹੈ ਦਾਤਾਰ ਪਾਤਸ਼ਾਹ ਜੀ ਨੇ, ਮਨ ਰੇ ਸਮਝ ਕਮਨ ਮਤ ਲਾਗਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਜਿੰਨਾ ਵੀ ਸਮਝਾਇਆ ਹੈ ਮਨ ਨੂੰ ਸਮਝਾਇਆ ਹੈ, ਰੇ ਮਨ ਰਾਮ ਸਿਉਂ ਕਰ ਪ੍ਰੀਤ। ਸਰੀਰ ਨੂੰ ਵੀ ਸਮਝਾਇਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ, ਪਰ ਸਰੀਰ ਵਿਚਾਰਾ ਕੀ ਕਰੇ, ਮਨ ਤੇ ਕਾਬੂ ਆਇਆ ਹੋਇਆ ਹੈ। ਪਹਿਲਾਂ ਦਾਸਰਾ ਬੇਨਤੀ ਕਰਦਾ ਹੈ, ਜੇ ਮਨ ਗੁਰੂ ਦੇ ਚਰਨਾਂ ਵਿੱਚ ਹੈ, ਸਰੀਰ ਵੀ ਭੱਜ ਭੱਜ ਕੇ ਸੇਵਾ ਕਰਦਾ ਹੈ, ਹੱਥ ਸੇਵਾ ਕਰਦੇ ਹਨ, ਨੇਤਰ ਦਰਸ਼ਨ ਕਰਦੇ ਹਨ, ਚਰਨ ਗੁਰੂ ਘਰ ਗੁਰਦੁਆਰਾ ਸਾਹਿਬ ਚੱਲ ਕੇ ਜਾਂਦੇ ਹਨ, ਕੰਨ ਗੁਰਬਾਣੀ ਸਰਵਣ ਕਰਦੇ ਹਨ, ਇਹ ਸਰੀਰ ਵੀ ਸਫਲਾ ਹੋ ਜਾਂਦਾ ਹੈ। ਚਲੇ ਜਾਇਆ ਕਰੋ ਯੂਟਿਊਬ ਤੇ, ਲਿਖ ਦਿਆ ਕਰੋ ਗੁਰਬਾਣੀ ਵਿਚਾਰ ਲੀਡਸ ਯੂਕੇ, ਪਿਆਰਿਓ ਆਨੰਦ ਮਾਣਿਆ ਕਰੋ ਐਵਰੀ ਵੇਅਰ, ਹਰ ਪਾਸੇ ਗੁਰਬਾਣੀ ਹੀ ਗੁਰਬਾਣੀ ਹੈ। ਗੁਰਬਾਣੀ ਇਸ ਜਗ ਮੈਂ ਜਾਣਨ, 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 ਗੁਰਬਾਣੀ ਇਸ ਜਗ ਮੈਂ ਜਾਣਨ। ਦਾਸ ਵੱਲੋਂ ਬੇਨਤੀ ਹੈ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਅੱਗੇ ਵੀ ਆਖਿਆ ਕਰੋ ਸੰਗਤਾਂ ਨੂੰ, ਜਿਹੜੀਆਂ ਜਿਹੜੀਆਂ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਕਰਦੀਆਂ ਹਨ, ਬਾਜਾਂ ਵਾਲੇ ਸਤਿਗੁਰਾਂ ਨਾਲ ਪਿਆਰ ਕਰਦੀਆਂ ਹਨ। ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ, ਦਾਸ ਨੂੰ ਵੀ ਪਤਾ ਲੱਗ ਜਾਂਦਾ ਹੈ ਵਾਕਿਆ ਸੰਗਤ ਗੁਰਬਾਣੀ ਨੂੰ ਸੁਣ ਰਹੀ ਹੈ, ਗੁਰਬਾਣੀ ਨਾਲ ਪਿਆਰ ਕਰ ਰਹੀ ਹੈ। ਪਿਆਰਿਓ, ਬਿਨਾਂ ਗੁਰਬਾਣੀ ਤੋਂ ਇਸ ਮਨ ਦਾ ਕੋਈ ਸਹਾਰਾ ਨਹੀਂ, ਕੋਈ ਵੀ ਇਹਦਾ ਸੰਗੀ ਸਾਥੀ ਨਹੀਂ ਹੋਵੇਗਾ ਜਦੋਂ ਇਹ ਮਨ ਕੱਲਾ ਜਾਵੇਗਾ। ਸੰਗ ਨਾ ਸਾਥੀ, ਗਮਨ ਅਕੇਲਾ ਗਮਨ ਜਾਣ ਨੂੰ ਕਹਿੰਦੇ ਹਨ। ਆ ਦੇਹ ਤਾਂ ਇੱਥੇ ਹੀ ਰੁੱਲ ਜਾਵੇਗੀ, ਖਾਕ ਹੋ ਜਾਵੇਗੀ, ਮਿੱਟੀ ਹੋ ਜਾਵੇਗੀ, ਕੋਈ ਰੋੜ ਦੇਵੇਗਾ, ਕੋਈ ਜਾਲ ਦੇਵੇਗਾ, ਕੀ ਪਤਾ ਇਸ ਦੇਹ ਨਾਲ ਕੀ ਬੀਤੇਗੀ।
ਉਹ ਮਨ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਗੁਰਬਾਣੀ ਦੀ ਪਾ ਚੜ ਜਾਵੇਗੀ, ਜਿਹੜੇ ਗੁਰਬਾਣੀ ਨਾਲ ਜੁੜ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।